ਕੱਲ ਸਨਾਤਨੀਆਂ ਨੇ ਅਖਬਾਰ 'ਚ ਇੱਕ ਬਿਆਨ ਦਿੱਤਾ ਕਿ ਰਾਮ ਮੰਦਿਰ ਦੀ ਲੜਾਈ ਆਪਾਂ ਜਿੱਤ ਲਈ ਆ, ਹੁਣ ਵੈਸ਼ਨੂੰ ਮੰਦਿਰ ਦੀ ਲੜਾਈ ਲੜਨੀ ਆ ਜਿੱਥੇ ਸਵਰਨ ਮੰਦਿਰ ਆ ਤੇ ਸਿੱਖਾਂ ਨੇ ਕਬਜ਼ਾ ਕੀਤਾ ਹੋਇਆ, ਭਾਵ ਕਿ ਅਗਲਿਆਂ ਦੀ ਸਿੱਧੀ ਨਿਗਾਹ ਤੁਹਾਡੇ ਦਰਬਾਰ ਸਾਹਿਬ ਤੇ, ਸਿੱਖਾਂ ਦੇ ਦਿਲ ਹਰਿਮੰਦਰ ਸਾਹਿਬ ਤੇ, ਤੇ ਸਾਨੂੰ ਅਜੇ ਵੀ ਕਹਿ ਦਿੰਦੇ ਆ ਜੀ ਨਫ਼ਰਤ ਨਾ ਫਲਾਓ ਜੇਕਰ ਕੋਈ ਸਿੱਖ ਲੰਗਰ ਲਾਉਣ ਗਿਆ ਤੇ ਭਾਈਚਾਰਕ ਸਾਂਝ ਆ ਕਿ ਸਾਂਝ ਦਾ ਠੇਕਾ ਕੱਲਾ ਅਸੀਂ ਲਿਆ, ਉਹ ਇਦਾਂ ਦੇ ਬਿਆਨ ਦੇਣ, ਉਹ ਸਾਨੂੰ ਲਲਕਾਰੇ ਮਾਰਨ ਤੇ ਅਸੀਂ ਅੰਦਰ ਵੜ ਕੇ ਹੱਥ ਜੋੜ ਲਈਏ। ਜਿਹੜੇ ਆ ਬਿਆਨ ਦਿੰਦੇ ਫਿਰਦੇ ਆ ਕਿ ਦਰਬਾਰ ਸਾਹਿਬ ਢਾ ਕੇ ਵੈਸ਼ਨੂੰ ਮੰਦਿਰ ਬਣਾਵਾਂਗੇ, ਤੇ ਜਿਹੜੇ ਸਿੱਖ ਕਹਿੰਦੇ ਆ ਕਿ ਭਾਈਚਾਰਕ ਸਾਂਝ ਆ, ਪਿਆਰ ਦੀ ਅਪੀਲ ਕਰੋ, ਇਹਨਾਂ ਨੂੰ ਮੈਂ ਕਹਿੰਦਾ ਕਿ ਇੱਕ ਵਾਰ ਦਰਬਾਰ ਸਾਹਿਬ ਪਰਿਕਰਮਾ ਦੀ ਨਿਗਾਹ ਜ਼ਰੂਰ ਮਾਰਿਓ। ਬਾਬਾ ਦੀਪ ਸਿੰਘ ਜੀ ਦੀ ਯਾਦਗਾਰ ਬਣੀ ਆ ਤੇ ਜਿਨ੍ਹਾਂ ਨੇ ਦਰਬਾਰ ਸਾਹਿਬ ਵੱਲ ਨਿਗਾਹ ਚੁੱਕ ਕੇ ਵੇਖਿਆ ਸੀ, ਅਗਲਿਆਂ ਨੇ ਸੀਸ ਲਵਾ ਦਿੱਤਾ ਪਰ ਹੱਥ ਨਹੀਂ ਜੋੜੇ, ਇਹ ਸਾਡਾ ਇਤਿਹਾਸ ਆ। ਅੱਜ ਕੁਝ ਸਿੱਖ ਕਹਿੰਦੇ ਕਿ ਪਿਆਰ ਦੀ ਅਪੀਲ ਕਰੋ, ਭਾਈਚਾਰਕ ਸਾਂਝ ਆ, ਕਿ ਉਹ ਤੁਹਾਡੀ ਗਿੱਚੀ ਘੁੱਟ ਸੰਗੀ ਘੁੱਟ ਰਹੇ ਨੇ ਤੇ ਤੁਸੀਂ ਕਹਿੰਦੇ ਜੀ ਪਿਆਰ ਦੀ ਅਪੀਲ ਕਰੋ, ਹੱਥ ਜੋੜੋ। ਸਾਡਾ ਤੇ ਪਿਆਰ ਹੀ ਹੈ ਕਿ ਜੋ ਤੋ ਪ੍ਰੇਮ ਖਿਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਵਢਾ ਤੇ ਉਹਨਾਂ ਨੇ ਹੱਥ ਨਹੀਂ ਜੋੜੇ। ਤੇ ਇੱਕ ਵਾਰੀ ਦੱਸਤਾ ਕਿ ਸਾਡੇ ਗੁਰੂ ਘਰ ਵੱਲ ਜੇਕਰ ਤੁਸੀਂ ਨਿਗਾਹ ਚੁੱਕ ਕੇ ਵੇਖਿਆ ਤੇ ਕਿੱਦਾਂ ਵੇਖਿਆ ਹੈ, ਤੇ 84 ਦਾ ਵੇਖ ਲਓ, ਜੇਕਰ ਅੱਖ ਚੁੱਕ ਕੇ ਵੇਖਿਆ ਸੀ ਤੇ ਅਗਲਿਆਂ ਨੇ ਜਾ ਕੇ ਹਿੱਕ ਦੇ ਵਿੱਚ ਗੋਲੀਆਂ ਮਾਰੀਆਂ, ਛਲਣੀ ਛਲਣੀ ਕਰਤੀ। ਸਾਡਾ ਪਿਆਰ ਇਹ ਆ, ਅਸੀਂ ਤੇ ਜੇਕਰ ਪਿਆਰ ਦੀ ਗੱਲ ਵੀ ਕਰਦੇ ਹਾਂ ਤੇ ਸਿਰ ਤਲੀ ਤੇ ਰੱਖ ਕੇ ਗੱਲ ਕਰਦੇ ਹਾਂ, ਜੋ ਤੋ ਪ੍ਰੇਮ ਖਿਲਣ ਕਾ ਚਾਹੋ ਸਿਰ